ਸਤਿ ਸ਼੍ਰੀ ਅਕਾਲ ਦੋਸਤੋ, ਕਿਵੇਂ ਹੋ? ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨ ਮੀਟਿੰਗ ਸੀ DPI ਦੇ ਨਾਲ, ਯੂਨੀਅਨ ਦੀ ਗਏ ਹੋਏ ਸੀ ਮੀਟਿੰਗ ਕਰਨ, ਅਤੇ ਜੋ ਮੀਟਿੰਗ ਦਾ ਮੇਨ ਮਕਸਦ ਸੀ ਉਹ ਸੀ ਪੋਸਟਾਂ ਦੀ ਗਿਣਤੀ ਪਤਾ ਕਰਨਾ। ਅਤੇ ਕੀ ਮੀਟਿੰਗ ਹੋਈ? ਨਹੀਂ, ਬਿਲਕੁਲ ਨਹੀਂ, ਤੁਹਾਨੂੰ ਪਤਾ ਹੀ ਹੈ ਕਿ ਮੀਟਿੰਗ ਨਹੀਂ ਹੋਈ ਹੈ। ਔਰ ਉਹ ਮੀਟਿੰਗ ਅੱਜ ਰੱਖੀ ਗਈ ਹੈ, ਕਹਿ ਰਹੇ ਸੀ ਕਿ DPI ਛੁੱਟੀ 'ਤੇ ਸੀ ਅਤੇ ਮੀਟਿੰਗ ਅੱਜ ਹੋਣੀ ਹੈ। ਕੀ ਅੱਜ ਉਹ ਪੋਸਟਾਂ ਦੀ ਗਿਣਤੀ ਦੱਸ ਦੇਣਗੇ? ਦੋਸਤੋ, ਅੱਜ ਤੱਕ ਤਾਂ ਹੋਇਆ ਨਹੀਂ ਹੈ ਇਹ ਕਿ ਸਰਕਾਰ ਨੇ ਜਾਂ ਸਰਕਾਰ ਦੇ ਨੁਮਾਇੰਦਿਆਂ ਨੇ ਕੋਈ ਪੋਸਟਾਂ ਦੀ ਗਿਣਤੀ ਇਸ਼ਤਿਹਾਰ ਆਉਣ ਤੋਂ ਪਹਿਲਾਂ ਦੱਸੀ ਹੋਵੇ, ਲੇਕਿਨ ਫਿਰ ਵੀ ਜਾਣਾ ਲਾਜ਼ਮੀ ਬਣਦਾ ਹੈ। ਇੱਕ ਵਾਰ ਕਹਿ ਸਕਦੇ ਹਾਂ ਕਿ ਜ਼ਰੂਰ ਜਾ ਕੇ ਪਤਾ ਕੀਤਾ ਜਾ ਸਕਦਾ ਹੈ, ਅਤੇ ਇੰਝ ਇਹ ਵੀ ਦੱਸਿਆ ਜਾ ਸਕਦਾ ਹੈ ਕਿ ਅਸੀਂ ਹਲੇ ਤੱਕ ਵੀ ਪੋਸਟਾਂ ਦੀ ਮੰਗ ਕਰ ਰਹੇ ਹਾਂ ਵੱਡੀ ਸੰਖਿਆ ਦੇ ਵਿੱਚ। ਅਤੇ ਪ੍ਰਭਾਵ ਜ਼ਰੂਰ ਪੈਂਦਾ ਹੈ ਇਹੋ ਜਿਹੀ ਮੀਟਿੰਗਾਂ ਦੇ ਨਾਲ, ਚਾਹੇ ਉਹ ਦੱਸਣ ਜਾਂ ਨਾ ਦੱਸਣ। ਅਤੇ ਬਾਕੀ ਦੇਖਦੇ ਹਾਂ ਅੱਜ ਕੀ ਖਬਰ ਆਉਂਦੀ ਹੈ। ਤੁਸੀਂ ਜ਼ਰੂਰ ਯੂਨੀਅਨ ਦਾ ਸਾਥ ਦਿੰਦੇ ਰਹੋ, ਠੀਕ ਹੈ? ਅੱਜ ਵੀ ਜੋ ਵੀ ਖਬਰ ਆਵੇਗੀ ਤੁਹਾਨੂੰ ਵੀਡੀਓ ਬਣਾ ਕੇ ਜ਼ਰੂਰ ਅਸੀਂ ਦੱਸਾਂਗੇ। ਧੰਨਵਾਦ।